ਐ ਮੁੰਡੂ ਮਰੇਂਦੀ ਹੁਣ ਮੈਂ ਕਿਹੜੀ ਬਾਤ ਅਸਲਾਮੁ ਅਲੈਕੁਮ ਕੀ ਹਾਲ ਨੇ ਵੀਰੋ ਠੀਕ ਹੋ ਉਮੀਦ ਕਰਦਾ ਕਿ ਤੁਸੀਂ ਠੀਕ ਹੋਵੋਗੇ ਮੈਂ ਤੁਹਾਡਾ ਆਪਣਾ ਵੀਰ ਸਨੀ ਜੱਪਾ 786 ਬਾਈ ਜਾਨ ਅੱਜ ਦਾ ਵਲੋਗ ਕਰਦੇ ਹਾਂ ਸ਼ੁਰੂ ਅਤੇ ਮੈਂ ਅੱਜ ਲਾਇਆ ਹੋਇਆ ਪਾਣੀ ਮੇਰਾ ਮਾਲ ਆ ਖੰਨੇ ਦੇ ਜ਼ਿੰਮੇ ਅਤੇ ਆ ਜਾਓ ਪਤਾ ਕਰਦੇ ਹਾਂ ਕਿ ਖੰਨੇ ਅੱਜ ਮੇਰੇ ਮਾਲ ਨੂੰ ਪਾਣੀ ਪਿਵਾਇਆ ਹੈ ਕੁਤਰਾ ਗੱਤਿਆ ਹੈ ਨਿਸ਼ੂ ਗੱਤਿਆ ਕੀ ਕੀਤਾ ਸੂ ਉਹ ਸਾਰੀ ਚੀਜ਼ਾਂ ਤੁਹਾਨੂੰ ਵਿਖਾਈਂਦੇ ਹਾਂ ਆ ਜਾਓ ਬਾਈ ਜਾਨ ਆ ਬਾਈ ਜਾਨ ਅਸੀਂ ਰੱਖੀ ਗੋੜੀ ਅਤੇ ਇਹਨੂੰ ਅਸੀਂ ਬੜਾ ਜਨਾਬ ਸ਼ੌਕ ਨਾਲ ਰੱਖਿਆ ਹੋਇਆ ਇਹਦੇ ਨਾਲ ਅਸੀਂ ਬੜੀ ਪਿਆਰ ਮੁਹੱਬਤ ਕਰਦੇ ਹਾਂ ਇਹ ਵੱਡੀ ਹੋ ਗਈ ਇਸ 'ਤੇ ਚੜ੍ਹਨਾ ਵੀ ਹੈ ਤਾਂ ਮੁੜ ਪਹਿਲੇ ਇਸ ਦੇ ਕੁਤਰੇ ਦਾ ਵੀ ਖਿਆਲ ਕਰਨਾ ਪੈਂਦਾ ਵਾ ਖੰਨੇ ਸਾਹਿਬ ਹੋਰਾਂ ਇਹਨੂੰ ਕੁਤਰਾ ਗੱਤਿਆ ਨਹੀਂ ਗੱਤਿਆ ਗੋੜੀ ਨੂੰ ਤਾਂ ਇਸ ਕੁਤਰਾ ਸ਼ੁਤਰਾ ਗੱਤਿਆ ਆ ਜਾਂ ਹੁਣ ਦੋਵੇਂ ਮਾਲ ਦੀਆਂ ਸਾਰੀਆਂ ਖੁਰਲੀਆਂ ਚੈੱਕ ਕਰਦੇ ਹਾਂ ਕੀ ਗੱਲ ਏ ਕੁਤਰਾ ਪਿਆ ਨਹੀਂ ਕੁਤਰਾ ਤਾਂ ਸਾਡੇ ਮਾਲ ਦੇ ਅੱਗੇ ਵੱਡਾ ਪਿਆ ਹੋਇਆ ਸਾਰੀਆਂ ਉਕਰਾਣੀਆਂ ਚੈੱਕ ਕਰ ਲਈ ਇਹਨਾਂ ਕਿਹਾ ਛੱਡ ਹੀ ਨਾ ਦਿੱਤੀ ਉਹ ਇਹ ਵੀ ਭਰੀ ਹੋਈ ਹੈ ਅਗਲੀ ਵੇਂਦੇ ਹਾਂ ਕਿੱਲਾ ਵੇਖ ਲੋ ਐਵੇਂ ਖਲੋਤੋ ਆ ਖੋਤੀ ਛੁੱਟ ਗਈ ਹੋਈ ਹੈ ਮੈਂ ਤਾਂ ਨਾ ਪਹਿਲਾਂ ਖੋਤੀ ਢੂੰਡ ਲਈ ਹੈ ਤੇ ਪਿੱਛੇ ਦੂਆ ਕਾ ਕਰਸਾਂ ਕਿਤੇ ਕੋ ਫਾਦ ਕੇ ਗਾਈ ਨਾ ਲੈਂਦੋ ਜਾਵੇ ਆ ਜਾਓ ਚਲੀਏ ਪਹਿਲੇ ਖੋਤੀ ਡੂੜੀਏ ਮਰਿੰਦੇ ਕਿਦਾਂ ਬੱਚੀ ਭਾਈਆ ਬੱਚੀ ਬਸ ਕਰ ਬਸ ਕਰ ਆ ਜਾਓ ਬਾਈ ਜਾਨ ਖੋਤੀ ਲੱਭ ਗਈ ਹੈ ਤੁਹਾਨੂੰ ਭੈਣ ਭਾਗ ਲਈ
ਚਿੱਟੀ ਆਏ ਮੁੰਡੂ ਮਰਨ ਦੀ ਹੁਣ ਮੈਂ ਕਿਹੜੀ ਬਾਤ ਕਰਾਂ ਨਾ ਹੱਥ ਲਾਓ ਸੋ ਚੱਲ ਚੱਲ ਭਾਈ ਛੱਡ ਦਿੰਦੇ ਆ ਘਰ ਜਾਂਦੇ ਆ ਨਹੀਂ ਛੁੱਟਣ ਦਿੰਦੀ ਹਾਂ ਨਹੀਂ ਯਾਰ ਆਣ ਦਿੰਦੇ ਆ ਮਰਿੰਦੀ ਏ ਹਾਂ ਐਵੇਂ ਕਿਵੇਂ ਕਿਸੇ ਨਵੇਂ ਰੋਲੇ ਤੇ ਪਾਉਂਦੇ ਹਾਂ ਮਰਿੰਦੀ ਏ ਯਾਰ ਆਣ ਦੇ ਉਹ ਬਾਜਾ ਚੱਲੀਏ ਬਾਹਰ ਚੱਲੀਏ ਯਾਰ ਮਰਿੰਦੀ ਏ ਇਹ ਬੱਦੀ ਰਹਿ ਮੁਲਖਨ ਨੇ ਨਕਸਾਂ ਛੱਡ ਲਿਆ ਜਸ ਉਹਨੂੰ ਵੀ ਮੋੜ ਆਖਣਾ ਇਹ ਤਾਂ ਗੱਲ ਤਾਂ ਉੱਥੋਂ ਵੀ ਆਉਂਦੀ ਹੈ ਹਾਂ ਲਾ ਲਈ ਹੁਣ ਇਹਨੂੰ ਬੱਦਾ ਕਾ ਪਤਾ ਨਹੀਂ ਇੱਥੇ ਪਤਾ ਨਹੀਂ ਐ ਲਾ ਖੇਡ ਐ ਇਸਕਾ ਅਸੀਂ ਤੇਰੇ ਨੇੜੇ ਹੀ ਨਹੀਂ ਸੇ ਜਾਂਦੇ ਤਕੜਮੀ ਖੋਤੀ ਅੱਛਾ ਵੀਰ ਉਹ ਸੀਰਾ ਅੱਜ ਦਾ ਵਿਲਾਗ ਇਸ ਖੋਤੀ ਤੋਂ ਹੀ ਮੁਕੈਨੀ ਕਿਉਂਕਿ ਖੋਤੀ ਆ ਮੈਂ ਸੁਡਾ ਡੀ ਅਖੰਨੇ ਤੂੰ ਸਿਵਾ ਕਿਸੇ ਨੂੰ ਨੇੜੇ ਤਾਂ ਆਵਣ ਨਹੀਂ ਦਿੰਦੀ ਤੇ ਅੱਜ ਦਾ ਵਿਲੋਗ ਕਰਦੇ ਆ ਖਤਮ ਤੇ ਕੱਲ ਇਨਸ਼ਾਅੱਲਾ ਮੁੜ ਮਿਲਸਾਂ ਤੁਹਾਨੂੰ ਇਸ ਖੋਤੀ ਤੋਂ।